ਸਤਿਕਾਰ ਦੋਸਤੋ, ਮੈਂ ਕੁਲਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਸੁਨੀਲ ਮੱਲਨ ਐਡਵੋਕੇਟ YouTube ਚੈਨਲ ਅਤੇ ਲਿਮਟਿਡ ਗਿਆਨ YouTube ਚੈਨਲ। ਦੋਸਤੋ, ਹਰਚਰਨ ਸਿੰਘ ਪੀਲੀਭੀਤ ਮਰਡਰ ਕੇਸ, ਜਿਸ ਦੇ ਨਾਲ ਕਿ ਤੁਸੀਂ ਜਜ਼ਬਾਤੀ ਤੌਰ ਤੇ ਜੁੜੇ ਹੋਏ ਹੋ, ਇਸ ਗੱਲ ਦੀ ਹਾਮੇ ਭਰਦੇ ਨੇ ਤੁਹਾਡੀਆਂ ਆਉਣ ਵਾਲੀਆਂ ਅਨੇਕਾਂ ਕਾਲਾਂ, ਉਹ ਮੈਸੇਜ, ਉਹ ਕਮੈਂਟਸ ਜਿਸ ਦੇ ਰਾਹੀਂ ਤੁਸੀਂ ਪੁੱਛਦੇ ਹੋ ਕਿ ਹਰਚਰਨ ਮਰਡਰ ਕੇਸ ਦੇ ਵਿੱਚ ਕੀ ਅਚੀਵਮੈਂਟ ਹੋਈ ਹੈ, ਕੀ ਕਾਰਵਾਈ ਹੋ ਰਹੀ ਹੈ, ਜਾਂ ਫਿਰ ਕੇਸ ਕਿੱਥੇ ਤੱਕ ਪਹੁੰਚਿਆ ਹੈ। ਜਿਹੜੇ ਸੂਝਵਾਨ ਸਰੋਤੇ ਨੇ ਉਹ ਤਾਂ ਅਸਲ ਦੇ ਵਿੱਚ ਸਭ ਕੁਝ ਜਾਣਦੇ ਹੀ ਨੇ ਕਿ ਜੋ ਕਾਰਵਾਈ ਹੈ ਸਟੈਪ ਬਾਏ ਸਟੈਪ ਚੱਲਦੀ ਹੈ, ਸਮਾਂ ਲੱਗਦਾ ਹੀ ਹੁੰਦਾ, ਪਰ ਫਿਰ ਵੀ ਤੁਹਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਤੇ ਸਾਡੀ ਵੀ ਡਿਊਟੀ ਬਣਦੀ ਹੈ ਤੁਹਾਡੇ ਤੱਕ ਹਰ ਇੱਕ ਉਹ ਅਪਡੇਟ ਲੈ ਕੇ ਆਉਣਾ ਜਿਸ ਅਪਡੇਟ ਦੇ ਨਾਲ ਕੇਸ ਤੇ ਕੋਈ ਅਸਰ ਨਾ ਪਵੇ। ਸੋ ਇੱਕ ਵਾਰ ਫਿਰ ਤੁਹਾਡੇ ਨਾਲ ਹਰਚਰਨ ਮਰਡਰ ਕੇਸ ਬਾਰੇ ਕੁਝ ਜਾਣਕਾਰੀ, ਕੁਝ ਅਪਡੇਟ ਸਾਂਝੇ ਕਰਨ ਜਾ ਰਹੇ ਹਾਂ। ਸਾਡੇ ਨਾਲ ਇੱਕ ਵਾਰ ਫਿਰ ਤੋਂ ਜੁੜੇ ਨੇ ਸੀਨੀਅਰ ਵਕੀਲ ਸੁਨੀਲ ਮੱਲਨ ਜੀ, ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਸਰ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਵੀਰ ਜੀ, ਸ਼ੋਤਰਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਰ, ਹਰਚਰਨ ਮਰਡਰ ਕੇਸ ਦੇ ਲਗਾਤਾਰ ਤੁਸੀਂ ਜੁੜੇ ਹੋਏ, ਪਰਿਵਾਰ ਦੀ ਪੈਰਵਾਈ ਕਰ ਰਹੇ ਹੋ, ਸਾਨੂੰ ਪਤਾ ਹੀ ਹੈ, ਡੇਲੀ ਇਸ ਕੇਸ ਦੇ ਨਾਲ ਜੁੜੀ ਹੋਈ ਕਾਰਵਾਈ ਦੇ ਨਾਲ ਤੁਸੀਂ ਵਿਅਸਤ ਰਹਿੰਦੇ ਹੋ, ਬਿਜੀ ਰਹਿੰਦੇ ਹੋ, ਪਰ ਫਿਰ ਵੀ ਸਰੋਤਿਆਂ ਦੇ ਲਈ ਕੋਈ ਜਾਣਕਾਰੀ, ਕੋਈ ਅਪਡੇਟ ਕੀ ਹੈ ਜੀ, ਕਿੱਥੇ ਤੱਕ ਕਾਰਵਾਈ ਪਹੁੰਚੀ ਹੈ? ਇਸ ਤਰ੍ਹਾਂ ਹੈ ਕਿ ਪੈਰਵਾਈ ਪ੍ਰੋਪਰ ਚੱਲਦੀ ਪਈ ਹੈ, ਜਿਹਦੇ ਵਿੱਚ 3-4 ਚੱਕਰ ਲਖਨਊ ਦੇ ਮੇਰੇ ਲੱਗ ਚੁੱਕੇ ਨੇ, 2-3 ਚੱਕਰ ਪੀਲੀਭੀਤ ਤੇ ਵੀ ਲਾ ਲੈਣੇ, ਅਗਲੀ ਮੇਰੀ 5-6 ਤਰੀਕ ਦੇ ਆਸ ਪਾਸ ਫਿਰ ਜਾਣ ਦੀ ਤਿਆਰੀ, ਉੱਥੇ ਹਲੇ ਡੇਟ ਫਿਕਸ ਨਹੀਂ ਕੀਤੀ, ਐਸ ਪਰ ਜ਼ਰੂਰਤ ਮੈਂ ਜਾਣਾ ਹੈ। ਅਤੇ ਇਹ ਗੱਲ ਭਰੋਸੇਮੰਦ ਹੈ ਕਿ ਮੈਂ ਦਰਸ਼ਕਾਂ ਨੂੰ ਟਾਈਮ ਦਿੱਤਾ ਸੀ ਕਿ ਮੈਨੂੰ 30 ਨਵੰਬਰ ਤੱਕ ਦਾ ਸਮਾਂ ਦੇ ਦਿਉ, ਸਮਾਂ ਲਿਆ ਸੀ, ਆਪਾਂ ਲਿਆ ਨਹੀਂ ਸੀ, ਆਪਾਂ ਦਿੱਤਾ ਸੀ, ਆਪਾਂ ਸਮਾਂ ਲੈ ਲਿਆ, ਲੈਣ ਵਾਲੀ ਕੌਮ ਨਹੀਂ ਅਸੀਂ ਦਿੰਦੇ, ਸਮਾਂ ਦਿੱਤਾ ਸੀ ਅਪਡੇਟ ਦੇਣ ਲਈ, ਦਿੱਤਾ ਸੀ ਅਸੀਂ ਅਪਡੇਟ ਲਈ ਵੀ 30 ਤਰੀਕ ਤੋਂ ਪਹਿਲਾਂ ਪਹਿਲਾਂ ਅਪਡੇਟ ਦੇਵਾਂਗੇ, 30 ਤਰੀਕ ਤੱਕ ਕੋਈ ਖਬਰ ਸੁਣਾਵਾਂਗੇ। ਪਰ ਉਹਦੇ ਵਾਸਤੇ ਮੈਂ ਸ਼ਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਵੀ ਉਹ 30 ਤਰੀਕ ਥੋੜ੍ਹੀ ਜਿਹੀ ਲੇਟ ਹੋ ਗਈ ਹੈ, ਪਿੱਛੇ ਦੀਵਾਲੀ ਦੀਆਂ ਛੁੱਟੀਆਂ ਸੀ, ਹੋਰ ਕਈ ਕਾਰਨ ਸੀ, ਜਿਹਦੇ ਕਰਕੇ ਅਸੀਂ ਸੋਚਦੇ ਹਾਂ ਕਿ 25-26 ਦਸੰਬਰ, ਹੁਣ ਆਲਮੋਸਟ 20-22 ਦਿਨ ਫਾਲਤੂ ਲੈ ਰਹੇ ਹਾਂ ਤੁਹਾਡੇ ਕੋਲੋਂ, ਉਦੋਂ ਤੱਕ ਇਹ ਕੁਛ ਨਾ ਕੁਛ ਵੱਡਾ ਕਰ ਦਿਆਂਗੇ। ਔਰ ਕਿਉਂਕਿ ਇਹ ਕਿ ਜਦੋਂ ਆਪਾਂ ਗਏ ਸੀ ਉੱਥੇ ਤਾਂ ਉਦੋਂ ਤੁਹਾਨੂੰ ਵੀ ਪਤਾ ਹੈ ਕਿ ਬੋਰਡ ਬਣ ਗਿਆ ਸੀ, CMO ਦਫ਼ਤਰ ਜਦੋਂ ਭੂਕੰਪ ਆਇਆ ਸੀ, ਹਾਂਜੀ ਆਇਆ ਸੀ, CMO ਦਫ਼ਤਰ ਜਦੋਂ ਸੁਨੀਲ ਮੱਲਨ ਦੀ ਟੀਮ ਪਹੁੰਚੀ ਸੀ ਉੱਥੇ, ਆਪਣੀਆਂ ਦੇ ਚੁੱਕੇ ਹਾਂ, ਔਰ ਹੁਣ ਫੋਰੈਂਸਿਕ ਟੀਮ ਨੇ ਆਪਣੀ ਰਿਪੋਰਟ ਤਿਆਰ ਕਰਨੀ ਹੈ, ਜਿਹੜੀ ਰਿਪੋਰਟ ਉਮੀਦ ਕਰਦੇ ਹਾਂ ਕਿ ਅਗਲੇ 15-20 ਦਿਨ ਚ ਆ ਜਾਏਗੀ, ਉਹਦੀ ਰਿਪੋਰਟ ਤੇ ਹੀ ਸਾਰਾ ਕੁਛ ਟਿਕਿਆ ਹੋਇਆ। ਅੱਛਾ, ਜੋ ਵੀ ਰਿਪੋਰਟ ਆਏਗੀ ਉਹਦੇ ਮੁਤਾਬਕ ਅਗਲੀ ਕਾਰਵਾਈ ਹੋਏਗੀ, ਔਰ ਜਿੱਥੋਂ ਤੱਕ ਸਾਨੂੰ ਲੱਗਦਾ ਹੈ ਕਿ ਅਸੀਂ ਕਨਵਿੰਸ ਕਰ ਪਾਏ ਹਾਂ ਉਹਨਾਂ ਨੂੰ, ਔਰ ਜਿਹੜੇ ਫੋਟੋਗ੍ਰਾਫਸ ਅਵੇਲੇਬਲ ਸੀ ਉਹਦੇ ਤੇ ਵੀ ਕਨਵਿੰਸ ਕਰ ਪਾਏ ਹਾਂ, ਔਰ ਅਸੀਂ ਦਿਖਾਇਆ ਸਾਰਾ ਕੁਛ ਕਿ ਜੋ ਜੋ ਚੀਜ਼ਾਂ ਨੇ ਉਹ ਇਸ ਤਰ੍ਹਾਂ ਨੇ ਤੇ ਇਹਦੇ ਕਰਕੇ ਇਹ ਨੁਕਸਾਨ ਹੋਇਆ ਤੇ ਇਹ ਮਰਡਰ ਹੋਇਆ। ਔਰ ਇਹਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਡਾਕਟਰ ਹੈ ਉਹ ਬੜੀ ਵੱਡੀ ਬੇਵਕੂਫੀ ਕਰ ਗਿਆ ਸੀ, ਦੋ ਡਾਕਟਰ ਜਿਹੜੇ ਇੱਕ SK ਗੁਪਤਾ ਜਾਂ ਇੱਕ ਹੋਰ ਸੀ ਮੁਹੰਮਦ ਕੌਣ, ਉਹਨਾਂ ਨੇ ਕੌਜ਼ ਆਫ ਡੈਥ ਲਿਖਿਆ ਹੀ ਨਹੀਂ। ਹਾਂਜੀ, ਦੱਸਿਆ ਸੀ ਤੁਸੀਂ ਪਿਛਲੇ ਇੰਟਰਵਿਊ 'ਚ, ਸਿਰਫ ਲਿਖਤਾ ਵੀ ਕਰੰਟ ਲੱਗਾ ਹੈ, ਠੀਕ ਹੈ ਅਸੀਂ ਮੰਨਦੇ ਹਾਂ ਕਰੰਟ ਲੱਗਾ, ਕਰੰਟ ਅਸੀਂ ਕਿਤੋਂ ਕਹਿੰਦੇ ਨਹੀਂ ਲੱਗਾ, ਪਰ ਮੌਤ ਦਾ ਕਾਰਨ ਕਰੰਟ ਨਹੀਂ ਹੈ, ਕਰੰਟ ਵੀ ਹੋ ਸਕਦਾ ਇੱਕ ਮੌਤ ਦਾ ਕਾਰਨ, ਪਰ ਜਿਹੜੀਆਂ ਉਹਨਾਂ ਨੇ ਬਾਕੀ ਗੱਲਾਂ ਲੁਕਾਤੀਆਂ ਕੁਛ ਪੈਸੇ ਖਾ ਕੇ, ਉਹਨਾਂ ਨੂੰ ਹਜ਼ਮ ਨਹੀਂ ਹੋਣੇ। ਹੁਣ ਮੇਰੀ ਕਾਰਵਾਈ ਜਿਹੜੀ ਪਹਿਲਾਂ ਕੱਲੀ ਹਰਚਰਨ ਦੇ ਕਾਤਲਾਂ ਨੂੰ ਅੰਦਰ ਕਰਾਉਣ ਤੱਕ ਦੀ ਸੀਗੀ, ਉਹ ਮੇਰੀ ਕਾਰਵਾਈ ਥੋੜ੍ਹੀ ਐਕਸਟੈਂਡ ਹੋ ਚੁੱਕੀ ਹੈ, ਹਰਚਰਨ ਦੇ ਕਾਤਲ ਵੀ ਅੰਦਰ ਜਾਣਗੇ, ਜਿਹੜੇ ਡਾਕਟਰਾਂ ਨੇ ਗਲਤ ਰਿਪੋਰਟ ਬਣਾਈ ਹੈ ਉਹ ਵੀ ਅੰਦਰ ਜਾਣਗੇ, ਤੇ ਜਿਹੜੇ ਪੁਲਿਸ ਵਾਲੇ ਨੇ ਉਸ ਰਿਪੋਰਟ ਨੂੰ ਮੰਨ ਕੇ ਕਲੋਜ਼ ਕਰਤੀ ਸੀ ਫਾਈਲ, ਹਾਂਜੀ, ਉਹ ਜਾਏਗਾ। ਸੋ ਕਾਰਵਾਈ ਵਧੇਗੀ, ਪਰ ਪਹਿਲਾ ਟਾਰਗੇਟ ਮੇਰਾ ਹਰਚਰਨ ਦੇ ਕਾਤਲਾਂ ਨੂੰ ਉਹਨਾਂ ਨੂੰ ਜੇਲ੍ਹ ਤੱਕ ਪਹੁੰਚਾਉਣਾ, ਉਸ ਤੋਂ ਬਾਅਦ ਉਹਦਾ ਟ੍ਰਾਇਲ ਚੱਲਣਾ, ਟ੍ਰਾਇਲ ਚੱਲਣ ਤੋਂ ਬਾਅਦ ਬਾਕੀ ਕਾਰਵਾਈ ਹੋਏਗੀ, ਤੇ ਐਂਡ ਉਮੀਦ ਕਰਦਾ ਪਿਆ ਕਿ ਜਿਹੜੀ ਐਕਸਪਰਟ ਟੀਮ ਆਈ ਸੀ, ਐਕਸਪਰਟ ਟੀਮ ਨੇ ਉਦੋਂ ਸਾਡੇ ਤੋਂ 2 ਦਿਨ ਬਾਅਦ ਹੀ ਆ ਗਈ ਸੀ, ਹਾਂਜੀ, ਔਰ ਐਕਸਪਰਟ ਟੀਮ ਜਦੋਂ ਆਈ ਸੀ ਤੇ ਉਸ ਐਕਸਪਰਟ ਟੀਮ ਦੇ ਨਾਲ ਅਸੀਂ ਆਪਣੀ ਰੀਪ੍ਰਜੈਂਟੇਸ਼ਨ ਦੇਣੀ ਸੀ, ਦੇਤੀ, ਉਹਨਾਂ ਨੇ ਵੀ ਆਪਣੇ ਸਬੂਤ ਇਕੱਠੇ ਕੀਤੇ ਨੇ, ਅਸੀਂ ਵੀ ਕੁਛ ਦਿੱਤੇ ਨੇ, ਤੇ ਸਾਰਾ ਕੁਝ ਮਿਲ ਮਿਲਾ ਕੇ ਜੋ ਜੈਨੂਨ ਰਿਪੋਰਟ ਹੈ ਉਹ ਬਾਹਰ ਆਏਗੀ, ਕਿਉਂਕਿ
पता की चक्कर है, क्योंकि असी भी उन्होंने क्लीयर साडा संदेशा है या उन्होंने समझ है महकमिया कि जोड़ा वकील नाल जुड़िया इन्हों हाई कोर्ट सुप्रीम कोर्ट ईवन इंटरनेशनल कोर्ट तक भी ले जाना पैदा लै जाएगा और उन्होंने साड़ी ईमानदारी बारे भी पता है, मेरी टीम की ईमानदारी बारे भी पता है और जे मैं उतों भी कोई हक ना मिले डेफिनेटली मैं मान योग हाई कोर्ट इलाहाबाद सानू लखनऊ बेंच पैना उत्थे असी गुहार ला देंगे लखनऊ बेंच मैं अपने कनैक्शन एक्टिवेट कर रहा और साड़ी पटीशन भी तैयार है बस एक ही तैयारी है साड़ी भी हुण बनदा की है। सो मैं पूरा यकीन है वैसे मैनू कि दोषी नवा साल जेल च वेखणगे। ते सर जिवें दा एक्सपर्ट टीम दा एक्शन देखिया तुसीं उन्हां वल्लों कीती गई कारवाई देखी है क्योंकि तुहाडी नज़र तो कदे कुछ लुकिया नहीं रहिंदा जिवें जो डॉक्टरां ने रिपोर्ट गलत बनाई सी जां पुलिस ने जो पहली कारवाई कीती सी उह तुसीं पहली नज़रे दसदा सीगा वी गलत कीती है जो टीम वालों हुण तक दी एक्शन लिया गया एक्सपर्ट टीम वालों जो भी कारवाई की गई है कि वह तो संतुष्ट हो या फिर की उन्होंने वालों एक्शन होया जी हुण तक यह भी पता लगे कि कुड़ी तो भी पुछगिछ की गई सी उन्होंने द्वारा कुड़ी को पहला पूछगिछ की गई तो कुड़ी ने अपने कोई बयान देने तो इनकार करता तो फिर उस तो बाद जेडे इंचार्ज सी उस इंचार्ज ने दबका मारिया कि बयान लै गया फिर उस तो बाद बयान हो भी दस दी आप दर्शकों गल उदन चाचा गैब हो गया सी। अच्छा जी चाचा घरों गैब हो गया सी दोबारा। अच्छा सर चाचे ते भी बहुत उंगल उठ रही ने जी। एक मिनट चाचे नु खबर किवें मिली? अच्छा जी सवाल उठता कि नहीं उठता मतलब कहने मतलब टीम दे पहुंचे तो पहला चाचा गैब थी उस तो है जी। हाँ जी चाचे नु खबर मिल गई सी ते चाचा गैब हो गया सी। अच्छा जी ते सर काफी सवाल स्रोतियां दे भी क्योंकि स्रोते भी जुड़े हुए ने केस नाल भावनात्मक तौर ते जुड़े हुए ने उन्हां दा भी कहना सीगा कि जिस दिन कतल होया उस दिन भी चाचा गैब सी कि किते ना किते कोई सेटिंग करन दे लई गया होया। नहीं 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 चाचा कतल करके गैब होया या चाचा कतल तो बाद गैब होया सी ये कहांगे उह सवेरे कुछ देर लई गया सी उह आपां वी उहदे मूंहों सुणिया सी कि मैं सवेरे बाहर गया सी मैनूं ते आ के पता लगा मैं ते अज तक इक्को सवाल पुछिया उसे पुलिस वाले नूं कि भाई एक करंट जिहड़ी तार ना लगा वो तार कित्थे है तार ते मौके ते लभी नहीं पुलिस नूं। सही गल है जी तो तार पुलिस ने रिकवर करने की कोशिश कीती जी शायद। हांजी शायद रिकवर करने की कोशिश भी नहीं कीती कोई ना ना उन्होंने पुलिस ने रिकवर करने की कोशिश नहीं कीती ते धारा 201 दा एडिशन होएगी होएगी सबूत मिटाया है धारा 201 जे नैचुरल डैथ सी करंट लग के ही मरिया फिर तार क्यों गैप कीती। हांजी ਕਿਹੜੀ ਕਿਹੜੀ ਇਹਨਾਂ ਨੂੰ ਪਰਮਿਸ਼ਨ ਮਿਲਦੀ ਹੈ ਕਿ ਇਹ ਇੱਦਾਂ ਦੀ ਤਾਰ ਲਾ ਲੈਣ ਤੇ ਜਦੋਂ ਉਹ ਤਾਰ ਤੁਸੀਂ ਧਿਆਨ ਨਾਲ ਚੈੱਕ ਕਰੋ ਆਪਣੇ ਕੋਲ ਫੋਟੋਆਂ ਹੈਗੀਆਂ ਰੋਡ ਹੈਗੀ ਹੈ ਰੋਡ ਦੇ ਵਿੱਚ ਤਾਰ ਫਸੀ ਹੈ ਤੇ ਰੋਡ ਓਨੀ ਕੀ ਰੋਡ ਕਿੱਦਾਂ ਰਹਿ ਗਈ ਸਹੀ ਗੱਲ ਹੈ ਉਸੇ ਰੋਡ ਦੇ ਵਿੱਚ ਤਾਰ ਸੀ ਫਿਰ ਖੰਭੇ ਗੱਡੇ ਜਾਂਦੇ ਜਗ੍ਹਾ ਜਗ੍ਹਾ ਤੇ ਖਿੜਕੀਆਂ ਲਾਈਆਂ ਜਾਂਦੀਆਂ ਉਹ ਕਰੰਟ ਛੱਡਿਆ ਜਾਂਦਾ ਫਿਰ ਉਹ ਕਰੰਟ ਕਿੱਧਰ ਗਿਆ ਉਹ ਤਾਰਾਂ ਕਿੱਧਰ ਗਈਆਂ ਉਹ ਰੋਡ ਇਕੱਲੀ ਉੱਥੇ ਕਿਵੇਂ ਰਹਿ ਗਈ। ਸੋ ਬੜੇ ਸਵਾਲ ਨੇ ਕਲੀਅਰ ਕੱਟ ਹੈ ਔਰ ਇਹ ਚੀਜ਼ਾਂ ਸਾਰੀਆਂ ਪ੍ਰੋਪਰਲੀ ਡਿਸਕਸਡ ਨੇ ਔਰ ਬਚਦੇ ਨਹੀਂ ਕਾਤਲ ਬਚਦੇ ਨਹੀਂ ਮੈਂ ਇਹ ਵਾਅਦਾ ਕਰਦਾ ਵੀ ਕਾਤਲ ਜਿਹੜੇ ਹੈ ਨਾ ਘੱਟੋ ਘੱਟ ਉਹਨਾਂ ਦੀ ਲਾਸ਼ ਬਾਹਰ ਆਉਣੀ ਹੈ ਮੌਤ ਤੱਕ ਉਹ ਜੇਲ੍ਹ 'ਚ ਰਹਿਣਗੇ। ਅਤੇ ਸਰ ਇੱਕ ਇੱਥੇ ਹੋਰ ਸਵਾਲ ਹੈ ਤੁਸੀਂ ਆਮ ਤੌਰ 'ਤੇ ਇਸ ਤਰ੍ਹਾਂ ਦੇ ਕ੍ਰਿਮੀਨਲ ਕੇਸ ਦੇ ਨਾਲ ਦੇਖਦੇ ਹੋ ਕਿ ਜੋ ਪੁਲਿਸ ਦੁਆਰਾ ਕਾਰਵਾਈ ਕੀਤੀ ਜਾਂਦੀ ਹੈ ਉਹ ਵੀ ਤੁਸੀਂ ਬਹੁਤ ਨਜ਼ਦੀਕ ਤੋਂ ਦੇਖਦੇ ਹੋ ਪੁਲਿਸ ਦੁਆਰਾ ਪ੍ਰੂਫ ਇਕੱਠੇ ਕੀਤੇ ਜਾਂਦੇ ਨੇ ਉਹ ਵੀ ਤੁਹਾਡੇ ਸਾਹਮਣੇ ਤੁਸੀਂ ਦੇਖਦੇ ਰਹਿੰਦੇ ਹੋ ਇਹਨਾਂ ਕੇਸਾਂ ਦੇ ਵਿੱਚ ਤੇ ਸਰ ਜਿਵੇਂ ਹੁਣ ਪਤਾ ਲੱਗਿਆ ਸੀ ਕਿ ਕੁੜੀ ਦੁਆਰਾ ਮੋਬਾਈਲ ਜਲਾ ਦਿੱਤਾ ਗਿਆ ਕਿ ਫਿਰ ਉਸ ਤੋਂ ਬਾਅਦ ਵੀ ਕੁੜੀ ਤੇ ਕੋਈ ਐਕਸ਼ਨ ਨਹੀਂ ਕਿਉਂਕਿ ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ ਕਿ ਮੋਬਾਈਲ ਜਿਹੜਾ ਕਿ ਅਹਿਮ ਜਗ੍ਹਾ ਰੱਖਦਾ ਇੱਕ ਪ੍ਰੂਫ ਵੱਡਾ ਪ੍ਰੂਫ ਹੈ ਇਸ ਕੇਸ ਦਾ ਉਹਨੂੰ ਜਲਾ ਦੇਣ ਤੋਂ ਬਾਅਦ ਵੀ ਉਸ ਕੁੜੀ ਤੇ ਕੋਈ ਐਕਸ਼ਨ ਨਹੀਂ ਹੋਇਆ ਉਹਨੂੰ ਹਿਰਾਸਤ ਦੇ ਵਿੱਚ ਨਹੀਂ ਲਿਆ ਗਿਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਾਂ ਫਿਰ ਇਹ ਹਜੇ ਸ਼ੁਰੂਆਤੀ ਜਾਂਚ ਹੈ ਤਾਂ ਕਰਕੇ ਹਾਲੇ ਕੁੜੀ ਨੂੰ ਕੁਝ ਨਹੀਂ ਕਿਹਾ ਗਿਆ ਜੀ। ਦੋਨੋਂ ਐਂਗਲ ਸੋਚ ਲਓ ਫਿਲਹਾਲ ਹਾਂਜੀ ਪੁਲਿਸ ਵੀ ਰਲੀ ਹੋ ਸਕਦੀ ਹੈ ਠੀਕ ਹੈ ਜੀ ਜੇ ਕੁੜੀ ਨੂੰ ਡਰ ਨਹੀਂ ਸੀ ਤੇ ਉਹਨੇ ਕਿਉਂ ਜਲਾਇਆ ਹਾਂਜੀ ਤੇ ਜੇ ਮੈਂ ਕਾਨੂੰਨੀ ਪੱਖ ਨਾਲ ਬੋਲਾਂ ਜੇ ਉਹਨੇ ਜਲਾਇਆ ਤੇ ਤਾਂ ਮੈਂ ਤਾਂ ਸਬੂਤ ਮਿਟਾਇਆ ਹਾਂਜੀ ਕੋਈ ਤੇ ਸਬੂਤ ਮਿਟਾਇਆ ਉਹੀ ਸਾਡੇ ਪੁੱਛਣ ਦਾ ਮਤਲਬ ਵੀ ਕਿ ਉਹ ਤੇ ਐਕਸ਼ਨ ਹੋਣਾ ਚਾਹੀਦਾ ਸੀ ਇਸ ਮੌਕੇ ਤੇ
100% होएगा वीर, क्यों टेंशन लेंदे हो? हले तो मैं कहते ना पंजाबी तेल देखो तेल की धार देखो, हले तो मेरा टारगेट एक ही है कि पहला तो मर्डर प्रूव हो जाए, मर्डर प्रूव होके वो जेले पहुंचन जेड़े भी कातल ने, जिदन जेले पहुंच जाएंगे बाकी बड़ा कुछ करने वास्ते है मेरे को, मैं कहना साथ छड़ देना परिवार का। ते सर जेकर एक इन शॉर्ट क्वेश्चन करिए कि कितने अक समय लगेगा कार्रवाई शुरुआत नु जी? पुलिस नु लव लेटर पाउनी आउंदियां मन्नु जी, साडी लव लेटर नाल चौरस चक्कर आउंदे ने, ओदा तुहाडे लव लेटर दे चक्कर भी आउंदे सी, अपनी अखां नाल देख चुके हैं जी, सरोते भी देख चुके ने ਵੀ ਕਿਸ ਤਰ੍ਹਾਂ ਹਲਚਲ ਮਲਚ ਚੁੱਕੀ ਸੀ ਉੱਥੇ ਹਸਪੀਟਲ ਦੇ ਵਿੱਚ, ਤੁਸੀਂ ਦੇਖੀ ਵੇਖਿਆ? ਹਾਂਜੀ ਹਾਂਜੀ, ਸਰੋਤਿਆਂ ਨੇ ਵੀ ਤਕਰੀਬਨ ਦੇਖਿਆ ਜੀ, ਕਾਫੀ ਕਲਿੱਪ ਚਲੋ ਜਿਹੜੇ ਨਹੀਂ ਬਣਾ ਪਾਏ ਉਹ ਰਹਿ ਗਏ ਨੇ, ਬਾਕੀ ਤਾਂ ਦੇਖ ਲਿਆ ਵੀ ਕਿਸ ਤਰ੍ਹਾਂ ਕੰਬ ਗਏ ਸੀ ਇੱਕ ਤਰੀਕੇ ਦੇ ਨਾਲ ਉੱਥੇ ਜੀ। ਆਪਾਂ ਕੋਈ ਉੱਚੀ ਆਵਾਜ਼ ਨਹੀਂ ਬੋਲੇ, ਆਪਾਂ ਕਿਸੇ ਨੂੰ ਗੱਲ ਨਹੀਂ ਕੱਢੀ, ਹੱਥ ਜੋੜ ਕੇ ਭਾਜੀ ਪਲੀਜ਼ ਮੇਰਾ ਇਹ ਕੰਮ ਕਿੱਥੇ ਹੈ, ਮੇਰੀ ਫਾਈਲ ਕਿੱਥੇ ਹੈ, ਮੇਰਾ ਆਪ ਕਿੱਥੇ ਹੈ, ਰਾਈਟ? ਈਵਨ ਕਿ ਜਿਹੜੇ ਆਫੀਸਰ ਲੈਵਲ ਦੇ ਉੱਤੇ ਹਸਪੀਟਲ 'ਚ ਸੀਗੇ ਉਹ ਵੀ ਪਜਲ ਹੋ ਗਏ ਸੀ, ਉਹਨਾਂ ਨੂੰ ਪਤਾ ਨਹੀਂ ਸੀ ਕੌਣ ਛੁੱਟੀ ਦੇ ਕੌਣ ਨਹੀਂ, ਉਹ ਇੱਕ ਤਰੀਕੇ ਨਾਲ ਆਪਣੇ ਖਹਿੜਾ ਛਡਾਉਣ ਨੂੰ ਭੱਜ ਰਹੇ ਸੀਗੇ ਵੀ ਮੈਂ ਬਚ ਜਮਾ ਕੇ ਦੇ ਤਰੀਕੇ। ਤਿੰਨ ਨੰਬਰ ਕਮਰੇ 'ਚ ਬੈਠਾ ਜੀ ਸਾਡਾ ਅਫਸਰ, ਮੈਂ ਕਿਹਾ ਨਹੀਂ ਬੈਠਾ, ਉਹ ਤਾਂ ਵਹੀਂ ਤੇ ਅਭੀ ਵਹੀਂ ਤੇ, ਜਦਕਿ ਉਹ ਤੁਹਾਨੂੰ ਯਾਦ ਹੈ ਕਿ ਉੱਥੇ ਜਿਹੜੀ ਗਰਾਊਂਡ ਸੀ ਉੱਥੇ ਹੈਲੀਕਾਪਟਰ ਆਇਆ ਸੀ, ਉੱਥੇ ਮੰਤਰੀ ਆਏ ਸੀ, ਉਹ ਸੀਐਮ ਪਹੁੰਚਿਆ ਹੋਇਆ ਸੀ, ਸਹੀ ਗੱਲ ਹੈ ਜੀ, ਅਸੀਂ ਸੀਐਮ ਨੂੰ ਉੱਥੇ ਵੀ ਮਿਲੇ, ਮਤਲਬ ਉਹ ਸੋਚਦੇ ਸੀ ਨਹੀਂ ਮਿਲਣਗੇ ਅਸੀਂ ਤੇ ਉੱਥੇ ਵੀ ਮਿਲੇ। ਦੁਬਾਰਾ ਚਿੱਠੀ ਨੂੰ ਨੰਬਰ ਲਾ ਦਿੱਤਾ, ਹੋ ਸਕਦਾ ਗਲਤੀ ਨਾਲ ਵੀ ਉਹਨਾਂ ਕੋਲ ਹੋ ਗਿਆ ਹੋਵੇ ਨੰਬਰ ਕਿਤੇ ਫਾਰਵਰਡ, ਪਰ ਚਲੋ ਕਾਰਵਾਈ ਉਹਨਾਂ ਨੇ ਕੀਤੀ, ਉਹਦਾ ਵੀ ਅਪਡੇਟ ਆਪਾਂ ਲਵਾਂਗੇ, ਉਹਦੀ ਜੋ ਵੀ ਅਗਲੀ ਨੋਟਿਸ ਬਣਦਾ ਉਹ ਨੋਟਿਸ ਬਣਾਵਾਂਗੇ ਤੇ ਪਾਵਾਂਗੇ। ਮੈਂ ਨੋਟ ਕਰ ਲਿਆ ਆਪਣੇ ਕੋਲ, ਪੁੱਛਦੇ ਹਾਂ ਕਿ ਉਹਨਾਂ ਨੇ ਕੀ ਕੀਤਾ, ਮੈਂ ਲਿਖ ਲਿਆ ਆਪਣੇ ਕਾਗਜ਼ ਤੇ, ਆਇਆ ਨਹੀਂ ਸ਼ਾਇਦ ਸਕਰੀਨ 'ਚ ਨਹੀਂ ਆਇਆ, ਸੰਤਰੀ ਸ਼ਾਹੀ ਨਾਲ ਲਿਖ ਲਿਆ ਸੀ ਵੀ ਕੀ ਕਰਨਾ ਅੱਗੋਂ। ਤੇ ਸਰ ਜੇਕਰ ਪੁੱਛੀਏ ਕਿ ਕਾਰਵਾਈ ਦੀ ਸ਼ੁਰੂਆਤ ਕਦੋਂ ਕੁ ਤੱਕ ਸਟਾਰਟਿੰਗ ਹੋ ਜੂਗੀ, ਮਤਲਬ ਕਦੋਂ ਤੱਕ ਕਹਿ ਸਕਦੇ ਇਨ ਸ਼ਾਰਟ ਵੀ ਖੁਸ਼ਖਬਰੀ ਮਿਲ ਜੂਗੀ ਇਸ ਕੇਸ ਦੇ ਵਿੱਚ ਜੁੜੇ ਲੋਕਾਂ ਨੂੰ ਜਿਹੜੇ ਇਸ ਕੇਸ ਤੇ ਹੱਥਾਂ ਲਗਾ ਕੇ ਬੈਠੇ ਨੇ? ਬੜੀ ਸਿੰਪਲ ਗੱਲ ਦੱਸ ਦਿੰਦਾ, ਥੱਪੜ ਵੱਜਣ ਤੋਂ ਜ਼ਿਆਦਾ ਥੱਪੜ ਵੱਜਣ ਦਾ ਡਰ ਹੁੰਦਾ ਜੀ। ਹਾਂਜੀ, ਮਾਂ ਪਿਓ ਦਾ ਵੀ ਜਦੋਂ ਥੱਪੜ ਵੱਜਦਾ ਸੀ ਡਰ ਹੁੰਦਾ ਸੀ ਵੀ ਥੱਪੜ ਪੈ ਜਾਣਾ, ਉਹ ਡਰ ਜਿਹੜਾ ਇਸੇ ਤਰ੍ਹਾਂ ਅਰੈਸਟ ਹੋਣ ਨਾਲੋਂ ਜ਼ਿਆਦਾ ਅਰੈਸਟ ਹੋਣ ਦਾ ਡਰ ਹੈ, ਉਹ ਜਿਹੜਾ ਘੁਣ ਲੱਗ ਜਾਂਦਾ ਨਾ, ਜਿਹੜਾ ਅੰਦਰ ਡਰ ਦਾ ਘੁਣ ਲੱਗ ਜਾਂਦਾ ਜਿਹਦੇ ਕਰਕੇ ਲੋਕ ਘਰੋਂ ਭੱਜ ਜਾਂਦੇ ਨੇ, ਕੰਬਦੇ ਨੇ, ਉਹ ਡਰ ਜ਼ਿਆਦਾ ਇੰਪੋਰਟੈਂਟ ਹੈ, ਉਹ ਇਸ ਵੇਲੇ ਇਹੋ ਜਿਹਾ ਡਰ ਹੁੰਦਾ ਕਿ ਜਿਹੜਾ ਦਿਮਾਗੀ ਤੌਰ 'ਤੇ ਬੰਦੇ ਨੂੰ ਆਪਣੇ ਆਪ ਅਰੈਸਟ ਕਰਾ ਕੇ ਬਹਿ ਜਾਂਦਾ, ਡਰ ਦਾ ਸੋਸ਼ਲੀ ਉਹ ਕਿਸੇ ਨੂੰ ਮਿਲਦਾ ਨਹੀਂ, ਸੁੱਤਿਆਂ ਜਾਗਦਿਆਂ ਉਹਨੂੰ ਭੈੜੇ ਭੈੜੇ ਸੁਪਨੇ ਆਉਂਦੇ ਆ, ਫਾਂਸੀ ਦਾ ਤਖਤਾ ਦਿਖਦਾ, ਜਿਹਨੇ ਕਤਲ ਕੀਤਾ ਹੁੰਦਾ ਉਹਨੂੰ ਫਾਂਸੀ ਦਾ ਤਖਤਾ ਤੱਕ ਦਿਖਦਾ, ਨਹੀਂ ਸੀ ਉਮੀਦ ਦੋਸ਼ੀਆਂ ਨੂੰ ਕਿ ਪਾਗਲ ਆ ਜਾਏਗਾ ਕੋਈ ਚੰਡੀਗੜ੍ਹੋਂ ਤੇ ਆ ਕੇ ਕੋਈ, ਮੈਂ ਅੱਜ ਤੱਕ ਕਿਸੇ ਨੂੰ ਗਾਲ ਨਹੀਂ ਕੱਢੀ, ਮੈਂ ਅੱਜ ਤੱਕ ਕਿਸੇ ਦਾ ਨਾਂ ਨਹੀਂ ਲਿਆ, ਮੈਂ ਅੱਜ ਤੱਕ ਕਿਸੇ ਨੂੰ ਕੁਛ ਨਹੀਂ ਕਿਹਾ, ਬਟ ਚੋਰ ਤੋਂ ਆਪਣਾ ਡਰ ਤੇ ਹੈਗਾ ਹੀ ਹੈ, ਕੰਬਦੇ ਨੇ, ਔਰ ਮੈਂ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ, ਮੈਂ ਵਿਖਾਊ ਨਹੀਂ, ਔਰ ਉਹਦੇ ਕਰਕੇ ਲੋਕਾਂ ਨੂੰ ਹੋਰ ਜ਼ਿਆਦਾ ਡਰ ਲੱਗਦਾ, ਔਰ ਆਪਾਂ ਆਪਣੀ ਕਾਰਵਾਈ ਸਟੈਪ ਬਾਏ ਸਟੈਪ ਕਰੀ ਜਾਣੀ ਹੈ, ਅਸੀਂ ਪੈਰ ਧਰਾਵਾ ਕਰੀ ਜਾਣਾ, ਕਿੱਥੇ ਤੱਕ? ਕਾਰਨ ਹੈ ਕਿ ਸਾਨੂੰ ਨੌਲੇਜ ਹੈ, ਸਾਨੂੰ ਪਤਾ ਹੈ ਕੀ ਕਾਰਵਾਈ ਹੋਣੀ ਚਾਹੀਦੀ ਹੈ, ਉਹ ਪਤਾ ਹੈ ਸਾਨੂੰ, ਉਹ ਅਸੀਂ ਕਰਾ ਰਹੇ ਹਾਂ, ਛੱਡਦੇ ਨਹੀਂ, ਠੀਕ ਹੈ, ਮਤਲਬ ਇੰਨਾ ਆਸਾਨ ਨਹੀਂ ਹੈ ਸੁਨੀਲ ਬੰਦਨ ਨੂੰ ਪਾਗਲ ਬਣਾ ਦੇਣਾ, ਮੇਰੇ ਕੋਲ ਦੇਖੋ ਨਾ, ਮੈਨੂੰ ਇਹ ਪਤਾ ਵੀ ਮੰਨ ਲਓ ਫੋਰੈਂਸਿਕ ਟੀਮ ਵੀ ਗਲਤ ਰਿਪੋਰਟ ਬਣਾ ਦੇ, ਮੈਂ ਅੱਗੇ ਕਿੱਥੇ ਜਾਣਾ, ਫੋਰੈਂਸਿਕ ਟੀਮ ਨੂੰ ਮੈਂ ਕਿਹੜੀ ਧਾਰਾ 'ਚ ਕਿਵੇਂ ਫਸਾਉਣਾ ਹੈ, ਮੈਨੂੰ ਆਉਂਦੀ ਹੈ ਜਾਂਚ, ਚਸ਼ਮਦੀਦ ਗਵਾਹ ਮੁੱਕਰ ਜਾਣਗੇ, ਜਿਨ੍ਹਾਂ ਨੇ ਦੱਸਿਆ ਕਿ ਬੋਡੀ ਪਾੜੀ ਸੀ ਸਾਰੀ, ਅੰਦਰ ਤੱਕ ਹੱਥ ਜਾਂਦਾ ਸੀ, ਸਿਰ ਕੱਟਿਆ ਸੀ, ਹਾਲਾਤ ਵਿਗੜ ਜਾਣਗੇ, ਫੋਟੋਆਂ ਬਦਲ ਜਾਣਗੀਆਂ, ਕੀ ਹੋ ਜਾਏਗਾ ਦੱਸੋ? ਸਹੀ ਗੱਲ ਹੈ, ਸਭ ਕੁਛ ਸਾਹਮਣੇ ਹੈ ਜੀ, ਪਿਆ ਗਾ ਸਭ ਕੁਛ ਸਾਹਮਣੇ, ਹੁਣ ਤਾਂ ਸਾਰੀ ਦੁਨੀਆ ਜਾਣਦੀ ਹੈ ਇਸ ਕੇਸ ਬਾਰੇ ਕੀ ਕੀ ਹੋਇਆ ਸੀ, ਕਿਵੇਂ ਹੋਇਆ ਸਾਰਿਆਂ ਨੂੰ। ਇਸ ਕੇਸ ਨਾਲ ਅਸੀਂ ਵੱਡੇ ਵੱਡੇ ਅਹੁਦੇਦਾਰਾਂ ਦੇ ਵੀ ਪੰਜਾਬੀ 'ਚ ਕਹੀਏ ਪੈਂਟਾਂ ਲਾਤੀਆਂ, ਉਹਨਾਂ ਦੀ ਨੀਂਦ ਵੀ ਹਰਾਮ ਹੈ, ਸਾਡੀ ਚਿੱਠੀ ਉੱਥੇ ਭੱਜੀ ਫਿਰਦੀ ਪਈ ਹੈ ਜਿਹੜੀ ਅਸੀਂ ਪਹਿਲਾਂ ਪਾਈ ਸੀ। ਹਾਂਜੀ, ਸੋ ਇਹ ਚੀਜ਼ਾਂ ਨੋ ਡਾਊਟ ਟਾਈਮ ਲੱਗਦਾ ਪਿਆ,
कारण है ना साढ़े को गवाण वास्ते कुछ नहीं बचा हूँ हूँ गवाचना किसी होर गवा देंगे सानू आंदा गवाना साडा मुंडा गवाचा है असं छड़ा गे साडा वापस नहीं आना जिंदगी तो ये लोग भी वादा करते हैं भी जेल च ये भी वापस नहीं आते ये भी मरण तो बाद इन्हों लाशा होनगियां इन्हों घर मिलनगियां तो लएगा कौन टब्बर ही पूरा अंदर चल जाएगा तो लएगा कौन सही गल है संस्कार जेल के अंदर ही हो मैं तो लगता और एक गल दोषी कित भी छुप जाए बहर जाके भी छुप जाए घड़ीकी च फसेगा परिवार दे जिन्हां दे कतल दे दोष ने उन्हां दा करैक्टर कहे जा उहदे बारे आपां कोई किंतु परंतु नहीं कहिंदे पर उन्हां दे रिश्तेदार जिहड़े उहदे नाल जुड़े हुए ने उस चाचे दी पत्नी ने उस दी बन के उस दी धी ने ते उसदे बच्चिया ने खुलासे कर दिते ने कि किस तरह के चरित्र के मालिक ने की कर सकते ने ओह ते जिवें सर तुसीं कहा तुहाडी गल्लां भी पुख्ता हुंदियां ने कि तुहाडी जो कारवाई है उस तों किन्ना क डर है उस गल की हामी भरदियां ने उस परिवार तों कीतियां जा रही गलतियां फिर चाहे वह फोन अग लाउणा होवे जां फिर जो टीम दे आउण तों पहला गायब होना होवे भी कितना ना कितने गलती कह सकदे आ भी जो देख देख के डर के कर रहे ने हुण देखो मैं हाले तक नहीं कहा कि वह कातल ने सुनील मल्लन की स्टेटमेंट नहीं अज तक आई पर जिदन आएगी उदन भार पा के आएगी याद रखना मैं पता है कातल कौन है मैं ना लै सकता मैं लै सकता पर हाले तक मैं लिया नहीं और लऊंगा जेल भेजन की वीडियो तक बनावे दोवे भरा कट्ठे जावे फिर 12 घंटे की सफर पर मैं इतने ना थोड़ी जी ना जे जे पोटी वाली सीट पर बह के मैसेज पाते हैं कि पब्लिसिटी लैन लई वीडियो बनाते हैं मैं कहना हाँ असी बनाई है तू बना के विखा पुत यहो जी करके दिखा इनकी मेहनत करके दिखा इन्ना दिमाग लड़ा तू दुश्मन के वाड़े च वड़ के उन्होंने वीडियो बना के दिखा तू दुश्मन के एरिए जाके उ दोबारा दूजा फेरा मार के आ है तू प्यो का जमया तो आ सामने मतलब पंजाबी कहो भी टट्टी सी सीट पर बह के कमेंट लिखना बड़ा सौखा है बैडरूम च बह के कमेंट लिखना बड़ा सौखा है कम करके विखाओ 12 घंटे रात को जागना ਤੁਹਾਡੇ ਸਾਹਮਣੇ ਜਿੰਨੀ ਵਾਰੀ ਗਏ ਤੁਹਾਡੀ ਚਾਹੇ ਤੁਹਾਡੀ ਗੱਡੀ ਗਈ ਆ ਕੋਈ ਗੱਡੀ ਗਈ ਚਲਾਈ ਮੈਂ ਹੀ ਆ ਸਹੀ ਗੱਲ ਬਾਕੀ ਰਿਸਕ ਵੀ ਇੰਨਾ ਵੱਡਾ ਹੀ ਰੋਡ ਦੇ ਉੱਪਰ ਉਹਨੇ ਇੱਕ ਪਲ ਦੀ ਝਪਕ ਵੀ ਅੱਖ ਨੂੰ ਲੱਗੀ ਕਿਤੇ ਨਾ ਕਿਤੇ ਕੁਛ ਦਾ ਕੁਛ ਸਾਰੀ ਗੇਮ ਚੇਂਜ ਹੋ ਸਕਦੀ ਸੀਗੀ ਉੱਤੇ ਗੱਡੀ 100 ਦੀ ਸਪੀਡ ਤੇ ਚੱਲਦੀ ਹੈ ਇੱਕ ਸਕਿੰਟ ਨਾਲ ਕਿਤੇ ਦੀ ਕਿਤੇ ਪਹੁੰਚਦੀ ਹੈ ਔਰ ਆਪਾਂ ਕਿੱਦਾਂ ਰਾਤ ਨੂੰ ਚਾਹ ਪੀ ਕੇ ਕਿੱਦਾਂ ਬ੍ਰੇਕ ਲੈ ਕੇ ਕਿੱਦਾਂ ਕੀ ਕਰਕੇ ਅਸੀਂ ਰਾਤ ਮਤਲਬ ਰਾਤ ਗਏ ਹਾਂ ਦਿਨੇ ਕੰਮ ਕੀਤਾ ਰਾਤ ਵਾਪਸ ਆਏ ਹਾਂ 36 ਘੰਟੇ 40 ਘੰਟੇ ਦਾ ਟੂਰ ਅਤੇ ਰਸਤੇ ਸੜਕਾਂ ਖਰਾਬ ਮੌਸਮ ਖਰਾਬ ਮੈਂ ਕਹਿੰਦਾ ਜਿਹੜੇ ਘਰ ਬੈਠੇ ਬੈਡਰੂਮ ਐਡਵਾਈਜ਼ਰੀ ਕਰਦੇ ਹੈ ਬਾਥਰੂਮ ਐਡਵਾਈਜ਼ਰੀ ਉਹਨਾਂ ਨੂੰ ਪਿਓ ਦੇ ਹੈ 1000-2000 ਪਿੱਛੇ ਇੱਕ-ਦੋ ਇਹਨੇ ਜੀ ਕੁਛ ਕੁ ਨੇ ਉਹ ਬਾਕੀ ਤਾਂ ਸਾਰੇ ਸਾਡੇ ਨਾਲ ਨੇ ਉਹਨਾਂ ਦੀਆਂ ਅਰਦਾਸਾਂ ਅਸੀਂ ਯਾਦ ਹਾਂ ਇੱਕ ਮੈਂ ਬੇਨਤੀ ਹੋਰ ਕਰਨਾ ਚਾਹੁੰਦਾ ਮੇਰੇ ਜਿਹੜੇ NRI ਭੈਣ ਭਰਾ ਮੇਰਾ ਪ੍ਰੋਗਰਾਮ ਵੇਖਦੇ ਨੇ ਉਹ ਮੈਨੂੰ ਬੜੇ ਫੋਨ ਕਰਦੇ ਨੇ ਕਿ ਅਸੀਂ ਤੁਹਾਨੂੰ ਪੈਸੇ ਦੇਣੇ ਆ ਅਸੀਂ ਤੁਹਾਨੂੰ ਆਹ ਕਰਨਾ ਜੇ ਤੁਸੀਂ ਮੈਨੂੰ ਕੁਛ ਦੇਣਾ ਚਾਹੁੰਦੇ ਹੋ ਮੈਨੂੰ ਕਾਨੂੰਨ ਦੀਆਂ ਕਿਤਾਬਾਂ ਉੱਥੋਂ ਖਰੀਦ ਕੇ ਭੇਜੋ ਚਾਹੇ ਮੇਰੇ ਕੋਲ ਪੈਸੇ ਲੈ ਲਓ ਮੈਨੂੰ ਕੋਈ ਇਤਰਾਜ਼ ਨਹੀਂ ਔਨਲਾਈਨ ਵੀ ਅਵੇਲੇਬਲ ਨੇ ਮੈਨੂੰ ਇਹ ਵੀ ਸਲਾਹ ਦੇਣਗੇ ਹੁਣ ਕਈ ਜਣੇ ਕਿ ਔਨਲਾਈਨ ਕੱਢ ਲਓ ਔਨਲਾਈਨ ਵਾਲੀ ਕਿਤਾਬ ਜ਼ਰੂਰ ਹੈਗੀ ਹੈ ਪਰ ਉਹਨੂੰ ਪੜ੍ਹ ਕੇ ਸਵਾਦ ਨਹੀਂ ਆਉਂਦਾ ਜਿਹੜੀ ਹੱਥ 'ਚ ਫੜ ਕੇ ਪੈਨਸਲ ਦਾ ਨਿਸ਼ਾਨ ਲਾ ਕੇ ਕੱਢੀਏ ਪ੍ਰਿੰਟ ਕਰਨਾ ਵੀ ਆਉਂਦਾ ਸਾਨੂੰ ਪਰ ਫਿਰ ਵੀ ਮੈਂ ਚਾਹਾਂਗਾ ਕਿ ਇੱਕ ਇੱਕ ਬੇਸਿਕ ਕਿਤਾਬ 4-5 ਕਿਤਾਬਾਂ ਮੈਨੂੰ ਚਾਹੀਦੀਆਂ ਨੇ ਇੱਕ ਤਾਂ ਉੱਥੋਂ ਦਾ ਪੈਨਲ ਕੋਡ ਚਾਹੀਦਾ ਇੱਕ ਮੈਨੂੰ ਕ੍ਰਿਮੀਨਲ ਮੈਨੂਅਲ ਚਾਹੀਦੀ ਹੈ ਇੱਕ ਮੈਨੂੰ ਉੱਥੋਂ ਦਾ ਸਿਵਲ ਪ੍ਰੋਸੀਜਰ ਕੋਡ ਚਾਹੀਦਾ ਐਵੀਡੈਂਸ ਚਾਹੀਦੀ ਹੈ ਇਮੀਗ੍ਰੇਸ਼ਨ ਐਕਟ ਚਾਹੀਦਾ ਅਤੇ ਉਸ ਤੋਂ ਇਲਾਵਾ ਪੁਲਿਸ ਐਕਟ ਚਾਹੀਦਾ ਸੋ ਇਹ 4-5 ਕਿਤਾਬਾਂ ਨੇ ਜਿਹੜੀਆਂ ਮੈਨੂੰ ਚਾਹੀਦੀਆਂ ਜਿਹੜਾ ਵੀ ਸੱਜਣ ਮੈਨੂੰ ਇਹ ਕਿਤਾਬਾਂ ਚਾਹੇ ਮੁੱਲ ਖਰੀਦ ਕੇ ਭੇਜਣਾ ਚਾਹੁੰਦਾ ਜਾਂ ਮੈਨੂੰ ਗਿਫਟ ਕਰਨਾ ਚਾਹੁੰਦਾ ਭਾਅ ਜੀ ਇੰਨੇ ਕੁ ਟਾਈਮ 'ਤੇ ਮੇਰਾ ਮੋਬਾਈਲ ਨੰਬਰ ਚਲਾ ਦਿਓ ਮੇਰਾ ਮੋਬਾਈਲ ਨੰਬਰ ਸਕਰੀਨ 'ਤੇ ਡਿਸਪਲੇ ਇੰਨੇ ਟਾਈਮ 'ਤੇ ਚੱਲ ਜਾਏਗਾ ਸਕਰੀਨ 'ਤੇ ਡਿਸਪਲੇ ਹੋ ਜਾਏਗਾ ਅਤੇ ਤੁਸੀਂ ਮੈਨੂੰ ਵਟਸਐਪ ਕਰਕੇ ਆਪਣੀ ਡਿਟੇਲ ਦੇ ਦਿਓ ਮੈਂ ਤੁਹਾਨੂੰ ਸਮਝਾ ਦੂੰਗਾ ਅਤੇ ਉਹ ਕਿਤਾਬਾਂ ਉੱਥੇ ਲੋਕਲ ਕਿਸੇ ਵਕੀਲ ਨੂੰ ਮਿਲ ਕੇ ਪੁੱਛ ਲੈਣਾ ਅਤੇ ਜਦੋਂ ਕੋਈ ਆਉਂਦਾ ਜਾਂਦਾ ਹੋਵੇ ਉਹਦੇ ਹੱਥ ਭੇਜ ਦੇਣਾ ਜਿਹੜੇ ਵੀ ਕੰਟਰੀ 'ਚ ਤੁਸੀਂ ਰਹਿੰਦੇ ਹੋ 5 ਕਿਤਾਬਾਂ ਜਾਂ 6 ਕਿਤਾਬਾਂ ਤੁਸੀਂ ਮੈਨੂੰ ਗਿਫਟ ਕਰ ਸਕਦੇ ਹੋ ਮੈਂ ਆਪਣੇ ਆਪ ਗਿਫਟ ਮੰਗੀ ਜਾਂਦਾ ਪਹਿਲਾਂ ਤਾਂ ਮੈਂ ਕਹਿੰਦਾ ਤਾਂ ਮੇਰੇ ਲਈ ਚੀਜ਼ੀ ਲੈ ਕੇ ਆਉਣਾ ਤਾਂ ਚੀਜ਼ੀ ਵੱਖਰੀ ਹੈ ਗਿਫਟ ਵੱਖਰਾ ਹੈ ਕਿਸੇ ਆਉਣ ਵਾਲੇ ਕਿਸੇ ਲੋੜਵੰਦ ਦੀ ਮਦਦ ਹੋਵੇਗੀ
देखो जी ज्ञान जिहड़ा है ना जी, ज्ञान बहुत कुछ पे करके जाता है, तो जे मैं उस नॉलेज नू लै लांगा तो मैं ये तो नहीं करूँगा कि मैं कनेडा जाके केस तो नहीं लड़ सकूंगा क्योंकि मेरे को लाइसेंस नहीं होएगा, बट मैं इंडिया च बह के कनेडा के पुलिस नू कनेडा की सरकार नू कानून समझा सकांगा भी तेरे कानून च इस धारा च यह गल लिखी है जिद नाल कि तू यह काम कर सकता है। सो मैं उन्होंने भी जगा पावगा, तो इस करके इग्नोर नहीं कर पाएंगे मेरी उस चिट्ठी। सो जे मेरी मदद करना ही चाहते हो, तुसी सच्चे हो, सच्ची मुची मदद करना चाहते हो, एक मेरे फैन ने वो मैं मिलन भी आ रहे हैं और एक होर भैन जी ने जिहड़े यूके तो उन्होंने भी आना मिलन दिसंबर च, तो जो हो सकिया तो उन्हां नाल करांगे आपां मुलाकात। शायद मैं उन्होंने दिनों च जाना है वापस लखनऊ तो पीलीभीत, मेरा 5-6 तरीक के आसपास दसिया जी मैं चक्कर बजना है, हाले डेट कन्फर्म नहीं है। सो 2-3 जाने आ रहे हैं आप उन्होंने मिलना है। बाकी मेरी ओपन रिक्वेस्ट है कि जिहड़ा भी सज्जन मैं कोई भी गिफ्ट करना चाहता वो मैं किताबा लै दे पढ़न वास्ते, बड़ी मेहरबानी होगी वो, भावे पैसे ले मेरे को, मैं वो कोई चक्कर नहीं। एक भाजी मेरे फैन ने अच्छा मेरी मेरी मेरे एक बना के ऑडियो कैलीफोर्निया के रेडियो से परमानेंट चलवाती है। अच्छा जी, मैंने उन्हें रिकॉर्डिंग भेजी है, कहना भाजी तुहाडी रिकॉर्डिंग कैलीफोर्निया चल रही है। सो इन्ना इन्ना प्यार दे रहे ने लोग, 50,000 पिछे कोई एक बेवकूफ टक्कर जे तो वो वैल्यू कोई नहीं रही, पर कोई गल भी अकल सिखानी बड़ी जरूरी है। और बाकी जे मैं भी कहना भी जे तुहाडे कोल मेरे तो वध अकल समझ ज्ञान है तो मैनू जरूर दिओ, मैं लैना चाहवागा। ये ना लिखा करो भी तुसी कीता कुछ नहीं या तुसी करना कुछ नहीं या तुसी पबलिसिटी कर दिओ, तुसी ये दसो भी अहीं किहड़ा काम करिए जिहदे नाल जादू हो जाए, क्योंकि ये कई सरकार कई तरीके कई सिस्टम इनवॉल्व ने। एक पहला एक कातल से उस तो बाद पुलिस चोर रल गई, चोर पुलिस रल गई, फिर उस तो बाद डॉक्टर चोर रल गए, फिर उस तो बाद होर कई कुछ हो गया, तो उन्होंने सारे सारे चोरों के खिलाफ एक बंदा लड़े। तुहानू फख्र होना चाहिए कि किसी माँ के पुत च इन्ना जिगरा है कि वह इन्ने बड़े चोरों के खिलाफ जो कुछ भी करा सकते हैं उन्होंने खिलाफ फिर भी चट्टान बन के खड़ा तो कला ही जाता है। आप कले ही जाते तुम तो मैं होंने वो वो नाल साड़ी टीम हों तो उ कला फिर वेख्या कभी मैं सिक्योरिटी गार्ड लिया। तो इन्हों कहो जे छिंछने टीवी वाले गलत गल करते हैं भी तुम जाके सिर्फ रिकॉर्डिंग करके विखा दो, बाकी तो गलत छद तो दस दो भी ते विरुद्ध रिकॉर्डिंग कर आए हैं या ये कर आए हैं। यूपी से 5,000 कतल कर देंगे ने, मैं सुन रहा पिछली बार किसी स्रोत ने कहा कि बदतमीजियां करते ने घर बैठे बेशर्म लोग ने, इन्हां दे उत्ते ज्यादा टिप्पणी ना ही करिए। असी तो अपने जो यार दोस्त मित्र भैन भरा साढ़े नाल इन्ना प्यार कर रहे हैं कि अपनी अरदासां च याद करते हैं, मैनूं फोन ते गुरुद्वारा साहब दीआं फोटोआं मंदरां दीआं फोटोआं भेजदे आ कि वेखो भाजी तुहाडे लई अरदास करन आए आ, तुहाडा अरदास च नां लैंदे आ, कीर्तन च तुहाडा नां लैंदे आ। सो उह ताकत सानूं लई फिरदी है, असी तो उस उह कहिंदे ना तूं नहीं बोलदी रकाने तूं नहीं बोलदी तेरे च तेरा यार बोलदा, ते साढ़े उह रब जिहड़े साढ़े नाल यार बणे आ जां जिहड़ा जिहड़े लोकां करके साडी साडे नां ते अरदासां हुंदियां वी उहनां दे खाली थोड़ी चल जाणगियां। सही गल है, अरदासां जे खाली जाण ते फिर ते काम ही कुछ होर हो जाए। सो एनीवे परमात्मा तों डरदे आ, बंदे कोई डर नहीं लगदा, बाकी जिद्दण आई आ उद्दण रोक किसे ने नहीं सकणा, कोशिश चंगी है। सो मैं ते कहांगा हुम हुम आ के पहुंचिया करो, साथ दिया करो, जल्दी मिलांगे आपां सारे नाल, कोई दिक्कत नहीं है। और समां सिर्फ 3 नवंबर तों थोड़ा जिहा शिफ्ट हो के तुसीं 25-26 दिसंबर तक का मान लियो, उदों तक कुछ ना कुछ हो जाएगा और काफी कुछ होएगा, भी तुम दस दें काफी कुछ होएगा। सो दोस्तों ये था हरचरण केस बारे लेटेस्ट अपडेट, जो कि जल्द ही तुहानू होर भी वड्डी कह सकदे आ खुशखबरी भी मिलेगी, जिवें कि वकील साहब ने दस्या कि जल्द ही कातल सलाखां दे पिछे होणगे, उन्हां बारे कुछ वड्डे अपडेट वड्डी हलचल तुहानू देखण नू मिलेगी। ਤੇ ਸਰ ਉੱਥੇ ਹੀ ਹਰਚਰਨ ਕੇਸ ਨਾਲ ਜੁੜਿਆ ਹੋਇਆ ਇੱਕ ਹੋਰ ਕੇਸ ਆ, ਉਹ ਵੀ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਨ ਜਾ ਰਹੇ ਹਾਂ ਜੀ। ਆਪਣੇ ਕੋਲ 5-6 ਇਹੋ ਜਿਹੇ ਮੈਟਰ ਨੇ ਜਿਹਦੇ ਵਿੱਚ ਆਪਾਂ ਪਬਲਿਕਲੀ ਕੰਮ ਕਰ ਰਹੇ ਹਾਂ। ਠੀਕ ਹੈ, ਇਹਦੇ ਵਿੱਚ ਇੱਕ ਗੱਲ ਹੋਰ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿੰਦਾ,
ਬਈ ਕਈ ਲੋਕ ਫੀਸ ਦੀ ਗੱਲ ਪੁੱਛਦੇ ਆ ਕਿੰਨੀ ਫੀਸ ਲੈਂਦੇ ਹੋ ਕੀ ਲੈਂਦੇ ਹੋ। ਦੇਖੋ ਮੈਂ ਆਪਣੇ ਕਲਾਇੰਟ ਦੀ ਇੰਟਰਵਿਊ ਕਰਦਾ, ਜੇ ਮੈਨੂੰ ਕਲਾਇੰਟ ਪਸੰਦ ਆਵੇ ਤਾਂ ਉਹਨੂੰ ਮੈਂ ਰੱਖਦਾ, ਨਹੀਂ ਤਾਂ ਮੈਂ ਕੇਸ ਹੀ ਨਹੀਂ ਲੈਂਦਾ। ਔਰ ਮੈਂ ₹1,00,000 ਪਰ ਡੇ ਵੀ ਲੈਂਦਾ ਅਤੇ ਮੈਂ ਪੱਲਿਓਂ ਪੈਸੇ ਪਾ ਕੇ ਵੀ ਕੰਮ ਕਰਦਾ, ਇਹਦੇ 'ਚ ਵੀ ਗੱਲ ਸੁਣ ਲੈਣਾ। ਔਰ ਡਿਪੈਂਡ ਕਰਦਾ ਕਲਾਇੰਟ 'ਤੇ, ਮੌਕੇ 'ਤੇ, ਹਾਲਾਤਾਂ 'ਤੇ, ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਮੇਰੇ ਕੋਲ ਆਉਂਦਾ ਉਹਦੀ ਨੀਅਤ 'ਤੇ। ਦੋ ਚਾਰ ਪੰਜ ਗੱਲਾਂ 'ਚ ਉਹਦੀ ਨੀਅਤ ਫੜੀ ਜਾਂਦੀ ਹੈ। ਸੋ ਆਪਾਂ ਇਸ ਕਰਕੇ ਤਰੀਕੇ ਨਾਲ ਕੰਮ ਕਰਦੇ ਹਾਂ, ਕੋਈ ਮੇਰੇ 'ਤੇ ਬੰਦਿਸ਼ ਨਹੀਂ ਹੈ ਕਿ ਮੈਂ ਇਸ ਕੇਸ 'ਚ ਪੈਸੇ ਲੈਣੇ ਆ ਅਤੇ ਇਸ ਕੇਸ 'ਚ ਨਹੀਂ ਲੈਣੇ। ਉਹ ਮੇਰੀ ਮਰਜ਼ੀ ਹੈ ਕਿ ਮੈਂ ਲੈਣੇ ਆ ਕਿ ਮੈਂ ਨਹੀਂ ਲੈਣੇ। ਸਾਡੇ ਬਾਬਾ ਨਾਨਕ ਜੀ ਨੇ ਇੱਕੋ ਹੀ ਮੂਲ ਮੰਤਰ ਦਿੱਤਾ ਸਾਨੂੰ, ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ। ਸਹੀ ਗੱਲ ਹੈ, ਨਾਮ ਜਪਣਾ ਤਾਂ ਅੰਦਰਲੀ ਗੱਲ ਹੈ, ਅਸੀਂ ਕਿਸੇ ਨੂੰ ਕੀ ਦੱਸੀਏ ਵੀ ਜਪਦੇ ਹਾਂ ਕਿ ਨਹੀਂ ਜਪਦੇ। ਰੱਬ ਕੋਲੋਂ 4 ਗਾਲਾਂ ਜ਼ਰੂਰ ਖਾਈਦੀਆਂ, ਰੋਜ਼ ਖਾਈਦੀਆਂ, ਝਿੜਕਾਂ ਖਾਈਦੀਆਂ, ਖਾਣੀਆਂ ਬਣਦੀਆਂ, ਸਾਡਾ ਸਭ ਦਾ ਪਾਪ ਹੈ ਉਹ, ਜਿਹਨੇ ਸਾਨੂੰ ਇਸ ਸਥਿਤੀ 'ਤੇ ਲਿਆਂਦਾ। ਸਾਨੂੰ ਸਦਬੁੱਧੀ ਦੇ ਜਾਵੇ ਬਸ, ਬਾਕੀ ਤਾਂ ਕੀ, ਬਾਕੀ ਚੀਜ਼ਾਂ ਮੰਗਣੀਆਂ, ਸਿਰਫ ਸਦਬੁੱਧੀ ਮੰਗੀ ਦੀ ਹੈ। ਅਤੇ ਜਿੱਥੋਂ ਤੱਕ ਕਿਰਤ ਕਰਨ ਦੀ ਗੱਲ ਹੈ, ਉਹ ਅਸੀਂ ਕਰਦੇ ਹਾਂ, ਮਿਹਨਤ ਪੂਰੀ ਕਰਦੇ ਹਾਂ, ਜਿੰਨੇ ਜੋਗੇ ਹਾਂ, ਜਿੰਨੀ ਅਕਲ ਹੈ ਉਹ ਕਰਦੇ ਹਾਂ। ਅਤੇ ਵੰਡ ਛੱਕੇ ਛੱਕਣ ਵਾਲੀ ਗੱਲ ਸਿੰਪਲ ਜੀ ਹੈ ਕਿ ਜੇ ਮੈਨੂੰ ਕਾਨੂੰਨੀ ਨੁਕਤੇ ਆਉਂਦੇ ਨੇ, ਮੈਂ ਕਿਸੇ ਮੰਦਰ ਗੁਰਦੁਆਰੇ ਕਿਸੇ ਥਾਂ 'ਤੇ ਜਾ ਕੇ ਕਦੀ ₹10 ਬੁਗਣੀ 'ਚ ਨਹੀਂ ਪਾਉਂਦਾ, ਕਿਉਂਕਿ ਮੈਂ ਉੱਥੇ ਭਿਖਾਰੀ ਹਾਂ, ਮੈਂ ਤਾਂ ਮੰਗਣ ਗਿਆ ਅਤੇ ਮੇਰਾ ਐਡਾ ਵੱਡਾ ਮਾਲਕ, ਮੈਂ ₹10 ਦੇ ਕੇ ਬਦਨਾਮ ਥੋੜ੍ਹੀ ਹੋਣਾ। ਮੈਂ ਤਾਂ ਮੰਗਣ ਜਾਂਦਾ ਕਿ ਰੱਬ ਮੈਨੂੰ ਆਹ ਦੇ ਦੀ, ਸਾਰੀ ਦੁਨੀਆ ਮੰਗਣ ਜਾਂਦੀ ਹੈ। ਸਹੀ ਗੱਲ, ਭਿਖਾਰੀ ਬਣ ਕੇ ਜਿੱਥੇ ਜਾਂਦਾ ਉੱਥੇ ਪੈਸੇ ਥੋੜ੍ਹੀ ਦਊਂਗਾ। ਹਾਂ, ਉਹ ਪੈਸੇ ਮੈਂ ਜ਼ਰੂਰ ਕਿਸੇ ਨੀਡੀ ਬੱਚੇ ਨੂੰ ਪੜ੍ਹਨ ਵਾਸਤੇ ਪੈਸੇ ਚਾਹੀਦੇ ਹੋਣ, ਕੋਈ ਕਿਤਾਬਾਂ ਕਾਪੀਆਂ ਚਾਹੀਦੀਆਂ ਹੋਣ, ਲੈ ਦੀ ਦੀਆਂ, ਫਿਰ ਹੋਰ ਇੱਦਾਂ ਦੇ ਕੋਈ ਕੰਮ ਇਹੋ ਜਿਹੇ ਕੇਸ ਫਰੀ ਕਰ ਦਿੰਦੇ ਨੇ। ਹੁਣ ਹਰਚਰਨ ਵਾਲੇ ਕੇਸ 'ਚ ਵੀ ਮੈਂ ਕਲੀਅਰ ਕਰ ਦਿੰਦਾ ਸਾਰੀ ਦੁਨੀਆ ਨੂੰ, ਮੈਨੂੰ ਕਈਆਂ ਨੇ ਸਵਾਲ ਪੁੱਛੇ ਕਿੰਨੀ ਫੀਸ ਲਈ ਜੇ। ਅਤੇ ਇਸ ਕੰਮ 'ਚ ਟੋਟਲ ਪੈਸਾ ਵੀ ਮੈਂ ਜੇਬ 'ਚੋਂ ਲਾ ਕੇ ਗਿਆ, ਚਾਹੇ ਗੱਡੀ 'ਚ ਤੇਲ ਪਵਾਉਣ ਦੀ ਗੱਲ ਸੀ। ਹਾਂ, ਪਹਿਲੀ ਵਾਰ ਜਦੋਂ ਵੀਰ ਜੀ ਨਾਲ ਗਏ ਸੀ, ਗੱਡੀ ਇਹਨਾਂ ਦੀ ਸੀ, ਇਹਨਾਂ ਨੇ ਮੈਨੂੰ ਤੇਲ ਨਹੀਂ ਪਵਾਉਣ ਦਿੱਤਾ, ਨਹੀਂ। ਉਸ ਤੋਂ ਬਾਅਦ ਵਾਲੀ ਗੱਡੀ ਮੈਂ ਜਿਹੜੀ ਵੀ ਮੇਰੇ ਸੱਜਣ ਗਏ ਸੀ, ਤੇਲ ਵੀ ਆਪਾਂ ਪਵਾਇਆ, ਹਰ ਖਰਚ ਮਤਲਬ ਰੋਟੀ ਪਾਣੀ ਦਾ ਖਰਚ ਵੀ ਆਪਾਂ ਕੀਤਾ। ਆਪਾਂ ਘਬਰਾਉਂਦੇ ਨਹੀਂ, ਜੇਬ 'ਚੋਂ ਖਰਚਾ ਕਰਕੇ ਜਾਂਦਾ ਮੈਂ, ਨਾ ਉਸ ਪਰਿਵਾਰ ਕੋਲੋਂ ਮੈਂ ਕੋਈ ਮਦਦ ਲਿੱਤੀ ਹੈ, ਨਾ ਕੋਈ ਲੈਣ ਦੀ ਉਮੀਦ ਰੱਖਦਾ। ਔਰ ਉਸ ਤੋਂ ਬਾਅਦ ਮੈਂ ਲਖਨਊ ਵੀ ਗਿਆ, ਮੈਂ ਆਪਣੀਆਂ ਕੋਲੋਂ ਟਿਕਟਾਂ ਬੁੱਕ ਕਰਾਈਆਂ ਸੀ, ਕੋਲੋਂ ਮੈਂ ਟੈਕਸੀ ਦਾ ਬਿੱਲ ਭਰਿਆ ਸੀ। ਸੋ ਹਰ ਕੰਮ ਪੈਸੇ ਕਮਾਉਣ ਲਈ ਨਹੀਂ ਕੀਤਾ ਜਾਂਦਾ, ਅਤੇ ਜੋ ਅਸੀਂ ਕਰਦੇ ਹਾਂ ਪਬਲਿਕ ਜੁੜੀ ਹੈ, ਇਸ ਕਰਕੇ ਟੀਵੀ 'ਤੇ ਆ ਕੇ ਦੱਸਦੇ ਹਾਂ, ਨਹੀਂ ਤਾਂ ਸਾਨੂੰ ਦੱਸਣ ਦੀ ਵੀ ਲੋੜ ਨਹੀਂ। ਪਰ ਚਲੋ, ਸਮਾਜ ਨਾਲ ਜੁੜਨਾ ਇੱਕ ਚੰਗੀ ਗੱਲ ਹੈ। ਇਸ ਯੂਟਿਊਬ ਦੇ ਮਾਧਿਅਮ ਤੋਂ ਹੀ ਬੜੇ ਬੜੇ ਚੰਗੇ ਪਰਿਵਾਰ, ਚੰਗੇ ਲੋਕ ਮਿਲੇ ਨੇ। ਕਈ ਲੋਕ ਮੈਨੂੰ ਕਹੀ ਜਾਂਦੇ ਤੁਸੀਂ ਸਾਡੇ ਕੋਲ ਕੈਨੇਡਾ ਆ ਜਾਓ, ਕੋਈ ਕਹਿੰਦੇ ਅਮਰੀਕਾ ਆ ਜਾਓ। ਮੈਂ ਕਿਹਾ ਕੋਈ ਨਹੀਂ, ਮੈਂ ਪੈਸੇ ਇਕੱਠੇ ਕਰ ਲਾ ਟਿਕਟ ਜੋਗੇ, ਫਿਰ ਮੈਂ ਆ ਜਾਊਂਗਾ ਆਉਣ ਜਾਣ ਜੋਗੇ। ਕੋਈ ਮੈਨੂੰ ਕਹਿੰਦੇ ਅਸੀਂ ਟਿਕਟਾਂ ਵੀ ਭੇਜ ਦਿੰਦੇ ਹਾਂ। ਸੋ ਇਹੋ ਜਿਹਾ ਪਿਆਰ ਵੀ ਮਿਲਦਾ ਪਿਆ, ਪਰਿਵਾਰਿਕ ਤਰ੍ਹਾਂ ਦੇ ਰਿਸ਼ਤੇ ਮਿਲਦੇ ਪਏ ਨੇ। ਥਾਈਲੈਂਡ ਤੋਂ ਭੈਣ ਜੀ ਦਾ ਫੋਨ ਆਉਂਦਾ, ਹਾਂਜੀ, ਉਹ ਕਹਿੰਦੇ ਮੈਂ ਤਰਲੀ ਚੀਜ਼ੀ ਲੈ ਕੇ ਆਉਣੀ ਹੈ। ਇੱਕ ਨਿਊਜ਼ੀਲੈਂਡ ਤੋਂ ਮੈਡਮ ਦਲਜਿੰਦਰ ਨੇ, ਉਹ ਮੇਰੇ ਵੀਡੀਓ ਬੜੀ ਜਲਦੀ ਦੇਖਦੇ ਆ, ਬੜੀ ਜਲਦੀ ਆਪਣੇ ਗਰੁੱਪ 'ਚ ਸਰਕੂਲੇਟ ਕਰਦੇ ਆ। ਔਰ ਉਹ ਵੀ ਆਪਣੇ ਇੱਥੇ ਸ਼ੇਖਵਾਂ ਪਿੰਡ ਹੈ ਮੋਗੇ ਦੇ ਕੋਲ, ਉੱਥੇ ਉਹ ਲੀਗਲ ਕੈਂਪ ਲਵਾ ਰਹੇ ਨੇ, ਜਿਹੜੇ ਵੀ ਨੀਡੀ ਲੋਕ ਨੇ ਉਹਨਾਂ ਵਾਸਤੇ। ਈਵਨ ਇਸ ਕੇਸਾਂ ਲਈ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਪੈਸੇ ਲੈ ਲਓ ਸਾਡੇ ਕੋਲੋਂ ਥੋੜ੍ਹੇ ਜਿਹੇ, ਵੈਸੇ ਹੀ ਰੱਖ ਲਓ। ਮੈਂ ਕਿਹਾ ਨਹੀਂ ਮੈਮ, ਇਹ ਕੰਮ ਨਾ ਕਰੋ ਤੁਸੀਂ, ਹਾਂ ਆਪਾਂ ਹੋਰ ਕੰਮਾਂ 'ਚ ਪੈਸੇ ਲੈ ਲਾਂਗੇ ਤੁਹਾਡੇ ਕੋਲੋਂ, ਪਰ ਇਹ ਕੰਮ ਮੈਨੂੰ ਮੇਰੀ ਜੇਬ 'ਚੋਂ ਕਰ ਲੈਣ ਦਿਓ, ਕੋਈ ਫਰਕ ਨਹੀਂ ਹੈ। ਸੋ ਇੱਥੇ ਰਲ ਮਿਲ ਕੇ ਕੰਮ ਚੱਲ ਜਾਏਗਾ ਜੀ। ਸੋ ਦੋਸਤਾਂ ਨੂੰ ਮੈਂ ਬੇਨਤੀ ਕਰ ਦਿੱਤੀ ਹੈ ਕਿ ਮੈਨੂੰ ਕਿਤਾਬਾਂ ਲੈ ਦਿਓ, ਮੈਨੂੰ ਗਿਆਨ ਲੈਣ ਦਾ ਸ਼ੌਂਕ ਹੈ, ਤੁਹਾਡੇ ਹੀ ਕੰਮ ਆਉਣਾ ਕੱਲ੍ਹ ਨੂੰ। ਸਹੀ ਗੱਲ ਹੈ, ਲਾਇਬ੍ਰੇਰੀ 'ਚ ਚੰਗੀਆਂ ਲੱਗਣਗੀਆਂ। ਸੋ ਮੈਂ ਚੰਡੀਗੜ੍ਹ ਲੋਕਲ ਬੈਠਦਾ ਜ਼ਿਆਦਾਤਰ, ਅੰਮ੍ਰਿਤਸਰ ਦਾ ਰਹਿਣ ਵਾਲਾ, ਅੰਮ੍ਰਿਤਸਰ ਵੀ ਜਾਂਦਾ, ਅਤੇ ਬਸ ਇਹ ਮੇਰੀ ਗਰਾਊਂਡ, ਹੋਮ ਗਰਾਊਂਡ ਮੇਰੀਆਂ ਦੋ ਹੀ ਨੇ। 90% ਮੈਂ ਚੰਡੀਗੜ੍ਹ 'ਚੋਂ ਨਾ, 10% ਮੈਂ ਅੰਮ੍ਰਿਤਸਰ ਜਾਂਦਾ। ਇਸ ਤੋਂ ਇਲਾਵਾ ਪੰਜਾਬ ਦੇ ਆਲਮੋਸਟ ਸਾਰੇ ਸ਼ਹਿਰਾਂ 'ਚ ਲਿੰਕ ਨੇ, ਹਰਿਆਣੇ 'ਚ ਵੀ ਲਿੰਕ ਹੈਗੇ ਨੇ, ਪੈਨ ਇੰਡੀਆ ਹੀ ਨੇ ਖੈਰ ਲਿੰਕ, ਬਟ ਐਕਟੀਵੇਟ ਕਰ ਲਈ ਦੇ ਆ। ਪਰ ਕੰਮ ਕਰਨ ਦੇ ਤਰੀਕਿਆਂ 'ਤੇ ਕਦੀ ਵੀਡੀਓ ਬਣਾ ਲਾਂਗੇ ਆਪਣੀ, ਹੁਣ ਤਾਂ ਉੱਥੇ ਵੀ ਲਿੰਕ ਬਣ ਗਏ ਨੇ ਆਪਣੇ, ਪੂਰਨਪੁਰ ਪੀਲੀਭੀਤ 'ਚ ਵੀ ਪਰਿਵਾਰ ਆਪਣੇ, ਆਪਾਂ ਘਰੇ ਜਾ ਕੇ ਰਹੇ ਸੀ। ਸਹੀ ਗੱਲ ਹੈ, ਆਪਣੇ ਵਰਗੇ ਲੱਗਦਾ ਵੀ ਜਿਵੇਂ ਪੰਜਾਬ ਹੈ ਘੁੰਮਦੇ। ਪਰਮੀਤ ਭਾਜੀ ਉਹਨਾਂ ਨੇ ਸਾਨੂੰ ਬਹੁਤ ਇੱਜ਼ਤ ਪਿਆਰ ਦਿੱਤਾ, ਜੱਫੀ ਪਾ ਕੇ ਵਿਛੜੇ ਆ, ਔਰ ਫਿਰ ਕਹਿੰਦੇ ਸੀ ਕਿ ਆਉਣਾ ਹੈ। ਕਾਫੀ ਉਦਾਸ ਸੀ, ਆਉਣ ਲੱਗੇ ਵੀ, ਭੇਜਣ ਲਈ ਵੀ ਤਿਆਰ ਨਹੀਂ ਸੀਗੇ ਲਾਸਟ ਦੇਣੇ। ਬਿਲਕੁਲ ਜੀ,
चलो दर्शकों का धन्यवाद है जिहड़े साडे दी बदखोईयां करदे आ, रब उन्हां दा वी भला करे, उन्हां नूं वी सदबुद्धि दे कि चंगी सोच रख सकन। ਤੇ ਜਿਹੜੇ ਸਾਡੇ ਨਾਲ ਤੁਰੇ ਉਹ ਤੇ ਹੈ ਹੀ ਹੈ ਸਾਡੇ ਵਰਗੇ ਪਾਗਲ, ਤੋਂ ਪਾਗਲਾਂ ਦਾ ਪਾਗਲਾਂ ਨਾਲ ਪਿਆਰ ਪਿਆ ਗਿਆ, ਸਿਆਣੇ ਬਹੁਤੇ ਕੀ ਕਰਨੇ ਆਪਾਂ। ਸਹੀ ਗੱਲ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।